इस वेले दी बड़ी खबर जलंधर तो सामने आ रही है जिथे के कोरोना वायरस दे नाल प्रभावित एक मरीज सामने आया है। दरअसल जलंधर दे निजातम नगर इलाके दे विच एक 70 साला महिला दी रिपोर्ट पॉजिटिव आई है, जिस तो बाद पुलिस ने इलाके ते महिला दे घर नूं मुकम्मल तौर ते सील कर दिता है। आओ सुनदे हां कि नोडल अफसर टीपी सिंह संधू दा की कहना है। जलंधर च हुण तक असीं 50 सैंपल भेज चुके हैं, जिन्हां विचों 3 पॉजिटिव दी रिपोर्ट पहलां आ चुकी है, 18 नैगेटिव दी आई है, एक रिपोर्ट सानू पॉजिटिव दी लुधियाने तो रिसीव हुई है। जिहड़ा केस जिहड़ा उह जलंधर नूं बिलोंग करदा है, पर एडमिटेड CMC लुधियाना, ओह इत्थों लोकल निजादम नगर दा केस है। ਉਹ ਜਿਹੜੀ ਬਣਦੀ ਕਾਰਵਾਈ ਹੈ ਸਾਡੇ ਡਿਪਾਰਟਮੈਂਟ ਵੱਲੋਂ ਟੀਮਾਂ ਬਣਾਤੀਆਂ ਗਈਆਂ, ਪ੍ਰਸ਼ਾਸਨ ਨੂੰ ਏਰੀਆ ਸੀਲ ਕਰਨ ਵਾਸਤੇ ਕਹਿ ਦਿੱਤਾ ਗਿਆ ਅਤੇ ਸਾਡੀ ਟੀਮਾਂ ਨੇ ਆਪਣਾ ਸਰਵੇ ਦਾ ਕੰਮ ਸ਼ੁਰੂ ਕਰਤਾ। ਫੀਮੇਲ ਹੈ, 70 ਦੇ ਆਸ ਪਾਸ, ਟਰੈਵਲ ਹਿਸਟਰੀ ਨਹੀਂ ਹੈ, ਲੇਕਿਨ ਸਾਡੀਆਂ ਟੀਮਾਂ ਹਲੇ ਉੱਥੇ ਗਈਆਂ, ਉਹ ਡਿਟੇਲ ਦੇ ਵਿੱਚ ਸਾਰੀ ਹਿਸਟਰੀ ਕੰਟੈਕਟ ਹਿਸਟਰੀ ਜਿਹੜੀਆਂ ਲੈ ਗਈਆਂ, ਬਟ ਪ੍ਰਾਈਮਰੀ ਫੇਸ 'ਚ ਹਾਲੇ ਤੱਕ ਕੋਈ ਟਰੈਵਲ ਹਿਸਟਰੀ ਨਹੀਂ ਹੈ। ਬਟ ਸ਼ੀ ਇਜ਼ ਐਨ ਓਲਡ ਲੇਡੀ, 70 ਈਅਰ ਓਲਡ ਲੇਡੀ, ਨਿਜਾਤਮ ਨਗਰ ਦੇ ਰਹਿਣ ਵਾਲੇ, ਅਤੇ ਜੋ ਅਸੀਂ ਡਿਪਾਰਟਮੈਂਟਲ ਸਾਡਾ ਕੰਮ ਉਹ ਸ਼ੁਰੂ ਕਰ। ਹੁਣ ਪੰਜਾਬ ਦੇ ਵਿੱਚ 32 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਨੇ, ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਖੌਫ ਦਾ ਮਾਹੌਲ ਬਣਿਆ ਹੋਇਆ ਹੈ। ਇਸ ਵਾਇਰਸ ਦੇ ਨਾਲ ਪੰਜਾਬ ਦੇ ਵਿੱਚ 1 ਮੌਤ ਹੋ ਚੁੱਕੀ ਹੈ ਅਤੇ ਪੂਰੇ ਭਾਰਤ ਦੇ ਵਿੱਚ 600 ਤੋਂ ਵੱਧ ਮਰੀਜ਼ ਕੋਰੋਨਾ ਦੀ ਲਪੇਟ ਦੇ ਵਿੱਚ ਆ ਚੁੱਕੇ ਨੇ ਤੇ ਪੂਰੇ ਮੁਲਕ ਦੇ ਵਿੱਚ 14 ਮੌਤਾਂ ਹੋ ਚੁੱਕੀਆਂ ਨੇ। ਜਲੰਧਰ ਤੋਂ ਪਨੀਤ ਅਰੋੜਾ ਦੀ ਰਿਪੋਰਟ।